ਅੱਜ ਦਿਨ ਚੜ੍ਹਦਿਆਂ ਹੀ ਪੁਲਿਸ ਮੁਲਾਜ਼ਮਾਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਤਿੰਨਾਂ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ, ਇੱਕ ਪੁਲਿਸ ਕਰਮੀ ਤੇ ਇੱਕ ਡਰਾਈਵਰ ਸ਼ਾਮਲ ਹੈ। ਇਹ ਵੀ ਗੱਲ ਆਖੀ ਜਾ ਰਹੀ ਕਿ ਸਵੇਰੇ 6:30 ਵਜੇ ਦਾ ਸਮਾਂ ਸੀ ਜਦੋਂ ਖੜ੍ਹੇ ਟਰਾਲੇ ਦੇ ਨਾਲ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਨਾਲ ਭਰੇ ਬੱਸ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਅਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਲੰਧਰ PAPA ਤੋਂ ਜਿਹੜੇ ਕਿ ਇਹ ਬੱਸ ਹੈ ਗੁਰਦਾਸਪੁਰ ਜਾ ਰਹੀ ਸੀ ਤਾਂ ਮੁਕੇਰੀਆ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ 10 ਪੁਲਿਸ ਕਰਮੀ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਪੁਲਿਸ ਮੁਲਾਜ਼ਮ ਜਿਹੜਾ ਭੱਜ ਕੇ ਨੇੜਲੇ ਗੁਰਦੁਆਰੇ ਦੇ ਵਿੱਚ ਜਾਂਦਾ, ਲੋਕਾਂ ਨੂੰ ਇਕੱਠਾ ਕਰਦਾ ਅਤੇ ਉਸ ਤੋਂ ਬਾਅਦ ਲੋਕਾਂ ਦੀ ਭੀੜ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ 'ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਹੋਏ ਨੇ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਇੱਕ ਜਿਹੜੇ ਕਿ ਮਹਿਲਾ ਕਾਂਸਟੇਬਲ, ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਡਰਾਈਵਰ ਜਿਹੜੇ ਕਿ ਸ਼ਾਮਲ ਹੈ। ਅਤੇ ਧੁੰਦ ਦਾ ਕਹਿਰ ਦੱਸਿਆ ਜਾ ਰਿਹਾ ਕਿ ਸੰਘਣੀ ਧੁੰਦ ਦੇ ਕਹਿਰ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ। ਇਹ ਕਿੱਦਾਂ ਐਕਸੀਡੈਂਟ ਹੋਇਆ ਭਾਈ? ਇਹ ਐਕਸੀਡੈਂਟ ਤਾਂ ਪਤਾ ਨੀਂਦ ਨੂੰ ਉਹਦੀ ਆਈ ਆ, ਨੀਂਦ ਆ ਗਈ, ਬੰਦੇ ਨੂੰ ਮਾਰ ਖੜੇ ਟਰਾਲੇ ਦੇ ਵਿੱਚ। ਇਹ ਫਿਰ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ 6:30 ਦਾ ਟਾਈਮ ਸੀ। ਹਾਂਜੀ, 6:30 ਦਾ। ਅੱਛਾ ਅੱਛਾ, 6:30 ਵਜੇ, 6:30 ਦਾ ਟਾਈਮ ਸੀ। ਬੰਦਾ ਗਿਆ ਪੁਲਿਸ ਵਾਲਾ ਗੁਰਦੁਆਰਾ ਸਾਹਿਬ, ਉੱਥੋਂ ਬੰਦੇ ਬੁਲਾ ਕੇ ਲਿਆਇਆ, ਦੇਖਿਆ ਉਹਦੇ ਕਾਫੀ ਸੱਟਾਂ ਸੁੱਟਾਂ ਲੱਗੀਆਂ ਸੀ ਬੰਦਿਆਂ ਨੂੰ ਬਹੁਤ ਜ਼ਿਆਦਾ। ਫਿਰ ਮੈਂ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰੀ ਦੀ ਆ, ਮੈਂ ਤਾਂ ਚਲ ਗਿਆ ਅਰਦਾਸ ਕਰਨ ਵਾਲੇ ਬੰਦੇ 'ਚ ਲੱਗੇ ਨੇ, ਪਰ ਇੱਥੇ ਤਾਂ ਕਾਨੂੰਨ ਇੰਨਾ ਮਾੜਾ, ਕੋਈ JCB ਨਹੀਂ ਇੱਥੇ, ਕੋਈ ਟ੍ਰੇਨ ਨਹੀਂ ਆਈ, ਕਿੱਦਾਂ ਬੰਦੇ ਸਹਿਕ ਸਹਿਕ ਮਰਨ ਡੇ ਆ ਇੱਥੇ। ਇੰਨਾ ਵੀ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਦੀਆਂ ਅਤੇ ਕਰੇਨ ਕਰੂਨ ਤਾਂ ਆਉਣੀ ਚਾਹੀਦੀ। ਇੰਨੇ 5:30 ਦਾ ਐਕਸੀਡੈਂਟ ਹੋਇਆ ਅਤੇ ਅਜੇ ਤੱਕ ਕੋਈ ਚੀਜ਼ ਨਹੀਂ ਆਈ ਇੱਥੇ। ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ, ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜ੍ਹਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿੱਚ ਸਭ ਮੌਕੇ 'ਤੇ ਜੀ, ਉੱਥੇ ਉਭਾਰੇ ਆ ਜੀ। ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦਵਾਂਗੇ। ਅਤੇ ਮੁਲਾਜ਼ਮਾਂ ਦੀ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਮੁਲਾਜ਼ਮਾਂ ਦੀ ਜਿਹੜੀ ਬੱਸ ਹੈ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀ। ਠੀਕ ਹੈ, ਕਿੰਨੇ ਕੁ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ। ਅੱਜ ਦਿਨ ਚੜ੍ਹਦਿਆਂ ਹੀ ਪੁਲਿਸ ਮੁਲਾਜ਼ਮਾਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਤਿੰਨਾਂ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ, ਇੱਕ ਪੁਲਿਸ ਕਰਮੀ ਅਤੇ ਇੱਕ ਡਰਾਈਵਰ ਸ਼ਾਮਲ ਹੈ। ਇਹ ਵੀ ਗੱਲ ਆਖੀ ਜਾ ਰਹੀ ਕਿ ਸਵੇਰੇ 6:30 ਦਾ ਸਮਾਂ ਸੀ ਜਦੋਂ ਖੜ੍ਹੇ ਟਰਾਲੇ ਦੇ ਨਾਲ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਨਾਲ ਭਰੇ ਬੱਸ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਅਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਲੰਧਰ PAPA ਤੋਂ ਜਿਹੜੇ ਕਿ ਇਹ ਬੱਸ ਹੈ ਗੁਰਦਾਸਪੁਰ ਜਾ ਰਹੀ ਸੀ ਤਾਂ ਮੁਕੇਰੀਆ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ 10 ਪੁਲਿਸ ਕਰਮੀ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਪੁਲਿਸ ਮੁਲਾਜ਼ਮ ਜਿਹੜਾ ਭੱਜ ਕੇ ਨੇੜਲੇ ਗੁਰਦੁਆਰੇ ਦੇ ਵਿੱਚ ਜਾਂਦਾ, ਲੋਕਾਂ ਨੂੰ ਇਕੱਠਾ ਕਰਦਾ ਅਤੇ ਉਸ ਤੋਂ ਬਾਅਦ ਲੋਕਾਂ ਦੀ ਭੀੜ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ 'ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਹੋਏ ਨੇ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਇੱਕ ਜਿਹੜੇ ਕਿ ਮਹਿਲਾ ਕਾਂਸਟੇਬਲ, ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਡਰਾਈਵਰ ਜਿਹੜੇ ਕਿ ਸ਼ਾਮਲ ਹੈ। ਅਤੇ ਧੁੰਦ ਦਾ ਕਹਿਰ ਦੱਸਿਆ ਜਾ ਰਿਹਾ ਕਿ ਸੰਘਣੀ ਧੁੰਦ ਦੇ ਕਹਿਰ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ। ਇਹ ਕਿੱਦਾਂ ਐਕਸੀਡੈਂਟ ਹੋਇਆ ਭਾਈ? ਐਕਸੀਡੈਂਟ ਤਾਂ ਪਤਾ ਨੀਂਦ ਨੂੰ ਉਹਦੀ ਆਈ ਆ, ਨੀਂਦ ਆ ਗਈ, ਬੰਦੇ ਨੂੰ ਮਾਰ ਖੜੇ ਟਰਾਲੇ ਦੇ ਵਿੱਚ। ਇਹ ਫਿਰ ਕਿੰਨੇ ਕੁ ਵਜੇ ਦਾ ਟਾਈਮ ਸੀਗਾ?
ਇਹ 6:30 ਦਾ ਟਾਈਮ ਸੀ। ਹਾਂਜੀ 6:30 ਦਾ। ਅੱਛਾ ਅੱਛਾ 6:30 ਵਜੇ। 6:30 ਦਾ ਟਾਈਮ ਸੀ, ਬੰਦਾ ਗਿਆ ਪੁਲਿਸ ਵਾਲਾ ਗੁਰਦੁਆਰਾ ਸਾਹਿਬ, ਹਾਂ, ਉੱਥੋਂ ਬੰਦੇ ਬੁਲਾ ਕੇ ਲਿਆਇਆ, ਹਾਂ, ਦੇਖਿਆ ਕਿ ਕਾਫੀ ਸੱਤਾ ਲੱਗੀਆਂ ਸੀ ਬੰਦਿਆਂ ਨੂੰ, ਹਾਂ, ਬਹੁਤ ਜ਼ਿਆਦਾ। ਫਿਰ ਮੈਂ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰੀ ਦੀ ਆ, ਅੱਛਾ, ਮੈਂ ਤਾਂ ਚੱਲ ਗਿਆ ਅਰਦਾਸ ਕਰਨ ਵਾਲੇ ਬੰਦੇ 'ਚ ਲੱਗੇ ਨੇ, ਪਰ ਇੱਥੇ ਤਾਂ ਕਾਨੂੰਨ ਇੰਨਾ ਮਾੜਾ, ਕੋਈ JCB ਨਹੀਂ ਇੱਥੇ, ਕੋਈ ਟ੍ਰੇਨ ਨਹੀਂ ਆਈ, ਕਿੱਦਾਂ ਬੰਦੇ ਸਹਿਕ ਸਹਿਕ ਮਰਨ ਡੇ ਆ ਇੱਥੇ। ਇੰਨਾ ਵੀ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਦੀਆਂ, ਅਤੇ ਕਰੇਨ ਕਰੂਨ ਤਾਂ ਆਣ ਕੇ ਜੀ, ਇੰਨੇ 5:30 ਦਾ ਐਕਸੀਡੈਂਟ ਹੋਇਆ ਅਤੇ ਅਜੇ ਤੱਕ ਕੋਈ ਚੀਜ਼ ਨਹੀਂ ਆਈ ਹੈ। ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ, ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ DAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿੱਚ ਸਾਹਿਬ ਮੌਕੇ 'ਤੇ ਜੀ, ਉੱਥੇ ਉਹ ਕਰ ਰਿਹਾ ਜੀ। ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕਦਾ? ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦਵਾਂਗੇ। ਅਤੇ ਮੁਲਾਜ਼ਮਾਂ ਦੀ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਮੁਲਾਜ਼ਮਾਂ ਦੀ ਜਿਹੜੀ ਬੱਸ ਹੈ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀ। ਠੀਕ ਹੈ ਜੀ, ਕਿੰਨੇ ਕੁ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ।